ਜਿਹੜਾ ਕਰੋਨਾ ਮਹਾਂਮਾਰੀ ਪੂਰੀ ਦੁਨੀਆ 'ਚ ਫੈਲੀ ਹੋਈ ਹੈ, ਲੋੜਵੰਦਾਂ ਦੀ ਮਦਦ ਲਈ ਸਰਦਾਰ ਹਰਿੰਦਰਪਾਲ ਸਿੰਘ ਜੀ ਚੰਦੂਮਾਹਿਰਾ ਜੋ ਇੱਥੇ ਵਿਧਾਇਕ ਨੇ, MLA ਨੇ, ਉਹਨਾਂ ਵੱਲੋਂ ਪਿਛਲੇ 21 ਦਿਨਾਂ ਤੋਂ ਜਿਹੜਾ ਨਿਰੰਤਰ ਇਹ ਲੰਗਰ ਦੀ ਸੇਵਾ ਬਣਿਆ ਹੋਇਆ ਵੀ ਔਰ ਸੁੱਕਾ ਰਾਸ਼ਨ ਵੀ ਜਿਹੜਾ ਪਿੰਡਾਂ ਦੇ ਵਿੱਚ ਪਹੁੰਚਾਉਣ ਦਾ ਸ਼ੁਰੂ ਕੀਤਾ ਹੋਇਆ, ਉਹ ਅੱਜ ਪਹਿਲਾਂ ਸਵੇਰੇ ਚਮਾਰਹੇੜੀ, ਬਹਾਦਰਗੜ੍ਹ, ਲਲੀਨਾ, ਚੋਰਾ ਇਹਨਾਂ ਪਿੰਡ ਦੇ ਵਿੱਚ ਵੀ ਸਵੇਰੇ ਜਿਹੜਾ ਸੁੱਕਾ ਰਾਸ਼ਨ ਵੰਡਿਆ ਗਿਆ। ਔਰ ਹੁਣ ਜਿਹੜਾ ਹੈ ਇਸ ਵੇਲੇ ਮੈਂ ਪਿੰਡ ਕਪੂਰੀ ਵਿਖੇ ਤਕਰੀਬਨ 30-35 ਪਰਿਵਾਰ ਸੀ ਇੱਥੇ ਲੋੜਵੰਦ, ਸਾਡੇ ਸੱਜਣਾਂ ਦੇ ਫੋਨ ਆਏ ਸਰਦਾਰ ਤਲੋਚਨ ਸਿਵਾਰਿਆਂ ਦੇ, ਮੱਖਣ ਸਿਵਾਰਿਆਂ ਦੇ, ਇਹਨਾਂ ਨੇ ਦੱਸਿਆ ਵੀ ਪਿੰਡ ਦੇ ਵਿੱਚ ਜ਼ਰੂਰੀ ਹੈ, ਕਿਉਂਕਿ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਸੀ ਕੁਛ ਕੱਟੇ ਗਏ ਉਹਨਾਂ ਦੇ, ਔਰ ਕੁਛ ਹੋਰ ਲੋੜਵੰਦ ਪਰਿਵਾਰ ਸੀ। ਸੋ MLA ਸਾਹਿਬ ਵੱਲੋਂ ਇਹ ਸਪੈਸ਼ਲ ਜਿਹੜਾ ਇਹਨਾਂ ਲਈ ਰਾਸ਼ਨ ਭੇਜਿਆ ਗਿਆ। ਇਹ ਰਾਸ਼ਨ ਲੋੜਵੰਦਾਂ ਨੂੰ ਦੇਣ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਤਕਰੀਬਨ 23 ਮਾਰਚ ਤੋਂ, ਇਹ ਜਿੰਨੀ ਦੇਰ ਇਹ ਮਹਾਂਵਾਰੀ ਖਤਮ ਨਹੀਂ ਹੁੰਦੀ ਇਹ ਨਿਰੰਤਰ ਜਾਰੀ ਰਹੂਗੀ। ਲੋੜਵੰਦਾਂ ਦੀ ਮਦਦ ਕਰਨੀ ਸਾਡਾ ਧਰਮ ਵੀ ਹੈ, ਸਾਡਾ ਫਰਜ਼ ਵੀ ਹੈ, ਕਿਉਂਕਿ ਜਿੱਥੇ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਜਿਤਾਇਆ ਵੀ ਹੈ, ਉੱਥੇ ਅਸੀਂ ਸਮਝਦੇ ਹਾਂ ਵੀ ਇੱਕ ਆਪਣਾ ਪੰਜਾਬੀ ਹੋਣ ਦੇ ਨਾਤੇ ਸਾਡਾ ਧਰਮ ਵੀ, ਸਾਡਾ ਸਿਧਾਂਤ ਵੀ ਸਾਨੂੰ ਇਹੀ ਸਿਖਾਉਂਦਾ ਕਿ ਲੋੜਵੰਦਾਂ ਦੀ ਮਦਦ ਕਰਨੀ ਜਿਹੜੀ ਅੱਜ ਜਿਹੜਾ ਹੈ ਬਹੁਤ ਜ਼ਰੂਰੀ ਹੈ। ਸੋ ਮੇਰੀ ਆਮ ਸਧਾਰਨ ਲੋਕਾਂ ਨੂੰ ਵੀ ਇਹੀ ਬੇਨਤੀ ਹੈ ਕਿ ਆਪਣੇ ਪਿੰਡ ਦੇ ਵਿੱਚ ਜਿਹੜਾ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਲੋੜਵੰਦ ਦੀ ਮਦਦ ਕਰਦਾ ਉਹ ਕਰਨੀ ਚਾਹੀਦੀ ਆ। ਅੱਗੇ ਆ ਕੇ ਲੋੜਵੰਦ ਪਰਿਵਾਰਾਂ ਦੀ ਕੋਈ ਵਿਧਵਾਰਤਾ, ਕੋਈ ਹੈਂਡੀਕੈਪਟ ਹੈ, ਕੋਈ ਹੋਰ ਹੈ, ਆਂਢ ਗੁਆਂਢੀਆਂ ਦੀ ਆਪਾਂ ਨੂੰ ਦੂਰ ਦੁਰੇਡੇ ਜਾਣ ਦੀ ਬਜਾਏ ਆਪਣੇ ਪਿੰਡ ਵਿੱਚ ਹੀ ਆਂਢ ਗੁਆਂਢੀਆਂ ਦੀ ਜਿਹੜੀ ਮਦਦ ਕਰਨੀ ਇਹ ਅੱਜ ਦੇ ਸਮੇਂ ਬਹੁਤ ਜ਼ਰੂਰੀ ਹੈ। ਸੋ MLA ਚੰਦੂਮਾਹਿਰਾ ਸਾਹਿਬ, ਚੰਦੂਮਾਹਿਰਾ ਪਰਿਵਾਰ, ਉਹਨਾਂ ਦੀ ਸਾਰੀ ਟੀਮ ਹਮੇਸ਼ਾ ਇਹ ਸੇਵਾ ਲਈ ਹਾਜ਼ਰ ਹੈ ਔਰ ਹਾਜ਼ਰ ਹੀ ਰਹੇਗੀ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।